ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਆਲ ਇਨ ਬੰਚ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਕਰਨ ਵਾਲੇ ਹਾਂ ਪੰਜਾਬ ਜੀਕੇ ਜੋ ਕਿ ਹਰੇਕ ਪੰਜਾਬ ਲੈਵਲ ਦੇ ਐਗਜ਼ਾਮ ਲਈ ਇੰਪੋਰਟੈਂਟ ਹੈ, ਚਾਹੇ ਉਹ ਪੰਜਾਬ ਪਟਵਾਰੀ ਹੈ ਜਾਂ PSEB ਹੈ ਜਾਂ ਪੰਜਾਬ ਰਾਜ ਬਿਜਲੀ ਬੋਰਡ ਦਾ ਐਗਜ਼ਾਮ ਹੈ। ਤਾਂ ਸਟਾਰਟ ਕਰਦੇ ਹਾਂ। ਪੰਜਾਬ ਦਾ ਸਭ ਤੋਂ ਵੱਧ ਖੇਤਰਫਲ ਵਾਲਾ ਜ਼ਿਲ੍ਹਾ ਹੈ ਅੰਮ੍ਰਿਤਸਰ, ਪੰਜਾਬ ਦਾ ਸਭ ਤੋਂ ਘੱਟ ਖੇਤਰਫਲ ਵਾਲਾ ਜ਼ਿਲ੍ਹਾ ਹੈ ਮੋਹਾਲੀ, ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ ਲੁਧਿਆਣਾ, ਪੰਜਾਬ ਦਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਹੈ ਬਰਨਾਲਾ, ਪੰਜਾਬ ਦਾ ਸਭ ਤੋਂ ਵੱਧ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਹੈ ਹੁਸ਼ਿਆਰਪੁਰ, ਪੰਜਾਬ ਦਾ ਸਭ ਤੋਂ ਘੱਟ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਹੈ ਲੁਧਿਆਣਾ, ਪੰਜਾਬ ਦਾ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਜ਼ਿਲ੍ਹਾ ਹੈ ਹੁਸ਼ਿਆਰਪੁਰ, ਪੰਜਾਬ ਦਾ ਸਭ ਤੋਂ ਘੱਟ ਸਾਖਰਤਾ ਦਰ ਵਾਲਾ ਜ਼ਿਲ੍ਹਾ ਹੈ ਮਾਨਸਾ, ਪੰਜਾਬ ਦਾ ਸਭ ਤੋਂ ਵੱਧ ਵਸੋ ਘਣਤਾ ਵਾਲਾ ਜ਼ਿਲ੍ਹਾ ਹੈ ਲੁਧਿਆਣਾ, ਪੰਜਾਬ ਦਾ ਸਭ ਤੋਂ ਘੱਟ ਵਸੋ ਘਣਤਾ ਵਾਲਾ ਜ਼ਿਲ੍ਹਾ ਹੈ ਮਾਨਸਾ, ਪੰਜਾਬ ਦਾ ਸਭ ਤੋਂ ਵੱਧ ਸ਼ਹਿਰੀਕਰਨ ਵਾਲਾ ਜ਼ਿਲ੍ਹਾ ਹੈ ਲੁਧਿਆਣਾ, ਪੰਜਾਬ ਦਾ ਸਭ ਤੋਂ ਘੱਟ ਸ਼ਹਿਰੀਕਰਨ ਵਾਲਾ ਜ਼ਿਲ੍ਹਾ ਹੈ ਤਰਨ ਤਾਰਨ। ਪੰਜਾਬ ਸੂਬਾ ਕਦੋਂ ਹੋਂਦ ਵਿੱਚ ਆਇਆ? 1 ਨਵੰਬਰ 1966 ਨੂੰ। ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ, ਵੱਡਾ ਸ਼ਹਿਰ ਹੈ ਲੁਧਿਆਣਾ ਆਬਾਦੀ ਪੱਖੋਂ। ਪੰਜਾਬ ਵਿੱਚ ਡਿਵੀਜ਼ਨਾਂ ਹਨ 5, ਪੰਜਾਬ ਵਿੱਚ ਜ਼ਿਲ੍ਹੇ ਹਨ 22, ਪੰਜਾਬ ਵਿੱਚ ਤਹਿਸੀਲਾਂ ਹਨ 81, ਪੰਜਾਬ ਵਿੱਚ ਸਬ ਤਹਿਸੀਲਾਂ ਹਨ 86, ਪੰਜਾਬ ਵਿੱਚ ਨਗਰ ਨਿਗਮ ਹਨ 10, ਪੰਜਾਬ ਵਿੱਚ ਡਿਵੈਲਪਮੈਂਟ ਬਲਾਕ ਹਨ 147, ਪੰਜਾਬ ਵਿੱਚ ਕੁੱਲ ਪਿੰਡ ਹਨ 12,581, ਵਿਧਾਨ ਸਭਾ ਦੇ ਹਲਕੇ ਹਨ ਪੰਜਾਬ ਵਿੱਚ 117, ਲੋਕ ਸਭਾ ਦੇ ਹਲਕੇ ਹਨ 13, ਰਾਜ ਸਭਾ ਦੇ ਹਲਕੇ ਹਨ ਪੰਜਾਬ ਵਿੱਚ 7। ਖੇਤਰਫਲ ਪੱਖੋਂ ਭਾਰਤ ਵਿੱਚ ਪੰਜਾਬ ਦਾ ਸਥਾਨ ਹੈ 2011 ਦੀ ਜਨਗਣਨਾ ਅਨੁਸਾਰ 19ਵਾਂ। ਕੁੱਲ ਜਨਸੰਖਿਆ ਹੈ ਜੋ ਪੰਜਾਬ ਦੀ 2011 ਦੀ ਜਨਗਣਨਾ ਅਨੁਸਾਰ 2,77,04,236। ਮਰਦਾਂ ਦੀ ਗਿਣਤੀ ਹੈ ਪੰਜਾਬ ਵਿੱਚ 53.3% ਅਤੇ ਔਰਤਾਂ ਦੀ ਗਿਣਤੀ ਹੈ 46.69%। ਮੁੱਖ ਭਾਸ਼ਾਵਾਂ ਹਨ ਪੰਜਾਬ ਦੀਆਂ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ। ਜੰਗਲ ਅਧੀਨ ਆਉਂਦਾ ਖੇਤਰਫਲ ਹੈ ਜੋ ਪੰਜਾਬ ਦਾ ਉਹ ਹੈ 3,055 ਵਰਗ ਕਿਲੋਮੀਟਰ। ਡੈਟਸ ਆਲ ਗਾਈਸ, ਅਗਰ ਵੀਡੀਓ ਅੱਛਾ ਲਗਾ ਹੋ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਹਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।